प्रदीप कितने लिया वाला प्रदीप है कि मोह सुखरे एक दो जी बैन हम चलूगा बड़ा और नाटक मुकाबला खेलना है अभी लाई यार गिंदर बने टीम बनी हुई यार मुंडे इधर ले पासे भी बड़ा हो दिया प्रदर्शन दीपावली ताली मार दो जितने भी जने बैठे हो बहुत हो दिया टक्कर जेरी फील्ड में मैदान की शुरू हो चुकी है चोटी का मैच है पूरा एंड टॉप का भाई जी कर दो मेरे वीर फिर केड़े ने जी हट के आखिर केड़े भी नहीं चोटी है एक नंबर आ हम भाई भेजो इनको फिर गोल जमा ट्रेनर गोल बनेगी और खिलाड़ी दूजे नंबर से ही जो संतुष्ट उन्होंने रहना पैना है ये समय के फैसले कर देने हैं समा बंदी भी या समा समर्थ सियाने कहते हैं भी हर काम जरा समय के नाल होंदा है समा आउंदा ते समय आउंदा भी है जिहड़ा टाइम लग रहा है आओ सामने खेड दे मैदान दे विच टक्कर बंदी है दोनों टीमों के दरमियान बहादुरगढ़ वाला तैनू चंगी तरह पता है इन्हां मुंडियां दा भी जे फिर गए है ते तंग बहुत करन गए है एक पोले पैरी नहीं लोट आने है इन्हें सोने की हल कोई होर करना पैना दाल ना थोड़ा धक्का करना पड़ेगा फिर शुरू कर दो जी हर एक स्मैश का एक साउ दिता जाएगा टोल प्लाजे बोलियों जो लगियां ने टक्कर सिरे भी है इधरले पासे भी हाले दे फैसले बड़े बाकी ने जिता हारा दे खेल के मैदान के बंदे प्रमोटर जो अंदर राई गए ने कले कले वीर का मैं तहे दिलों धन्यवाद कर रहा है बंटी का हर एक पॉइंट विशेष वालों 500 का ओके ओके Thank you.
ਰਾਵੀ ਪ੍ਰਕੋਟ ਭਾਈ ਵਾਲੇ ਵਿਸ਼ੇਸ਼ ਦੇ ਵੱਲੋਂ ਆਸਟ੍ਰੇਲੀਆ ਵਾਲੇ ਸਾਡੇ ਵੀਰ ਦੇ ਵੱਲੋਂ ਤੁਹਾਡੇ ਨਾਂ ਜਿਹੜੇ ਹੋਣਗੇ ਕਿੰਨੀਆਂ ਬਾਲਾਂ ਮਾਰ ਕੇ ਨੰਬਰ ਜੋੜੇਗਾ ਬੰਟੀ ਉਹਨੇ ਵੀਰ ਸਾਹਿਬ ਦਾ ਕਹਿੰਦਾ ਵੀ 500 ਦੇ ਨਾਲ ਮਾਂ ਜਿਹੜੇ ਕਰ ਦਿਆਂਗੇ ਆਪਾਂ ਤੈ ਵੱਲੋਂ ਮੈਂ ਧੰਨਵਾਦ ਕਰਾਂਗਾ ਉਧਰ ਜਗਪਾਲ ਖਕੂੜਾ ਬਾਬਾ ਧੰਨਵਾਦ ਕਰਿਓ 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 ਵੀਰੇ ਸਾਡੀ ਖੇਡਵਾਦੀ ਬਾਬਾ ਕਰਿਓ ਮੇਰੇ ਭਰਾ ਜਗਪਾਲ ਖਕੂੜਾ ਜੀ ਉਹ ਸਾਡੇ ਵੀਰ ਚੁਣੇ ਹੋਏ ਨੇ ਗਨਾਈਟਰ ਸਟੈਂਡ ਉਹ ਥੈਂਕ ਯੂ ਵੀਰੇ ਮੈਚਾਂ ਦੀਆਂ ਕਹਿੰਦੇ ਵੱਡੀਆਂ ਗੱਲਾਂ ਨੇ ਵੀ ਅੱਡੇ ਉੱਤੇ ਖੜੀ ਨੂੰ ਤੂੰ ਮਿਲ ਗਿਆ ਸਬੱਬੀ ਤੇ ਕਾਰਕ ਕਰਾਈ ਗੀਗਾ ਅੱਜ ਨਾ ਤੂੰ ਭੱਜੀ ਕਦੇ ਸਾਡੀ ਵੀ ਪਗਾ ਲਿਆ ਕਰ ਫਿੱਟ ਨੂੰ ਸਾਲੀ ਦਾ ਵੀ ਮਾਣ ਰੱਖ ਲੈ ਇੱਥੋਂ ਬੋਰਡ ਦੇ ਟਰਾਲੇ ਸਾਡੇ ਪਿੰਡ ਨੂੰ ਔਰ ਨਾਲ ਸਾਡੇ ਬਹੁਤ ਹੀ ਸਤਿਕਾਰ ਯੋਗ ਨੇ ਬਈ ਜਗਰਾਜ ਖਕੂੜਾ ਦੀ ਯੂਐਸਏ ਧੰਨਵਾਦ ਚੱਤੀ ਖੇੜਾ ਯੂਐਸਏ ਧੰਨਵਾਦ ਮੈਂ ਕਰਦਾ ਬਹਾਦਰ ਗੜਦਾ ਰਵੀ ਟਰਾਈ ਕਰਦਾ ਸਾਡੇ ਭਰਾ ਨੇ ਔਰ ਵੱਡਿਆਂ ਪ੍ਰਮੋਟਰਾਂ ਦੇ ਅੱਜ ਦੇ ਮੇਰੇ ਮਿੱਤਰੋਂ ਖੇਡਦੇ ਮੈਦਾਨ ਦੇ ਵਿੱਚ ਆਪਾਂ ਕਹਿ ਰਿਹਾ ਵੀ ਦਰਸ਼ਨ ਹੋ ਗਿਆ ਭਾਈ ਦੇ ਉਹਦੇ ਪਾਸੇ ਭਲੇ ਭਲੇ ਬੰਦੇ ਬੰਦੇ ਬਲੇ ਰਾਹ ਵੀ ਵਾ ਯਾਰ ਤਾਲੀ ਜ਼ੋਰਦਾਰ ਮਾਰ ਦਿਓ ਆ ਮੁੰਡੇ ਦੇ ਲਈ ਪਰ ਪਾਰੇ ਕਾਲੇ ਤੇ ਅੱਜ ਪਾਲੇ ਫਿੱਟ ਹੋ ਫਿਰ ਰਿਹਾ ਆ ਮੁੰਡਿਆਂ ਦੀ ਅੱਖ ਜਿਹੜੀ ਅੱਜ ਫੈਨੋ ਤੇ ਲੱਗਦੀ ਹੈ ਬਹਾਦਰਗੜ ਵਾਲਿਆ ਜੇ ਰੋਕੀ ਦੇ ਤੇ ਰੋਕ ਲਾ ਸੋਨਾ ਵੀਰਾ ਤਾਂ ਅੱਜ ਮੈਨੂੰ ਰੋਕਣ ਦੇ ਮੂਡ ਕਿੱਦਾਂ ਲੱਗਦੇ ਨਹੀਂ ਹੈ ਜਗਪਾਲ ਖਕੂੜਾ ਜੀ ਉਸੇ ਹੈ ਭਾਈ ਚੰਨੀ ਖੇੜਾ ਵੀ ਉਸੇ ਹੈ ਤੇ ਨਾਲ ਸਾਡਾ ਭਰਾ ਜਗਰਾਜ ਖਕੂੜਾ ਜੀ ਉਸੇ ਹੈ ਤੇ ਸਾਰੇ ਵੀਰ ਬਾਈ ਜਿਹੜੇ ਬੈਠੇ ਆ ਬਾਬਾ ਧੰਨਵਾਦ ਕਰਿਓ ਕਰਿਓ ਫੇਰ ਵੀਰੇ ਕੋਟ ਭਾਈ ਵਾਲਾ ਵਿਸ਼ੇਸ਼ਤਾ ਆਸਟ੍ਰੇਲੀਆ ਤੋਂ ਉਹ ਵੀ ਸਾਡਾ ਵੀਰ ਜੁੜਿਆ ਕਹਿੰਦਾ ਪੱਟੀ ਦੇ ਹਰ ਇੱਕ ਪੁਆਇੰਟ ਦਾ ਆਪਾਂ 500 ਦੇਵਾਂਗੇ ਮਾਂ ਵੱਡੇ ਹੋਣਗੇ ਸੱਜਣ ਦਾ ਸ਼ਤੀਰ ਵਾਲੀ ਪਿੰਡ ਹੈ ਜਿਹੜਾ ਸੈਂਟਰ ਤੇ ਖੇਡ ਰਿਹਾ ਉਹ ਜੁਗ ਜੁਗ ਕਰਦਾ ਸ਼ਰੀਰ ਮੁੰਡੇ ਦਾ ਬਾਲ ਆਊਗਾ ਦੱਸੋ ਪੁਆਇੰਟ ਛੇ ਤੇ ਇੱਕ ਜੀ ਔਰ ਮੈਚ ਉਧਰਲੇ ਪਾਸੇ ਦੋ ਨੰਬਰ ਗਰਾਊਂਡ ਤੇ ਵੀ ਟੋਟੀ ਦਾ ਸ਼ੁਰੂ ਹੋ ਚੁੱਕਿਆ ਛੇ ਤੇ ਪਰਲੇ ਪਾਸੇ ਹਲੇ ਖਾਤਾ ਨੀ ਖੁੱਲਿਆ ਜੀ ਵਾਹ ਵੀ ਵਾਹ ਨੰਬਰ 7 ਨਾਲ ਵੀ ਜੁੜ ਗਿਆ ਉਧਰਲੇ ਪਾਸੇ ਹੈ 7 ਨੰਬਰ ਆ ਜਿਹੜੇ ਹਰ ਰਾਏਪੁਰ ਦੀ ਟੀਮ ਦੇ ਤੇ ਪੰਜਾਬੇ ਦੀ ਟੀਮ ਦਾ ਹਲੇ ਖਾਤਾ ਨੀ ਖੁੱਲਿਆ 7 ਤੇ 0 ਦੀ ਟੱਕਰ ਦੁਨੀਆ ਫੋਰਸ ਕਿੰਗ ਕਹਿੰਦੀ ਹੈ ਇਹਦੇ ਤੇ ਗਾਣਾ ਬੜਾ ਢੁਕਦਾ ਜਿਹੜਾ ਮੂਸੇ ਵਾਲੇ ਦਾ ਵੀ ਜੱਟਾ ਸ਼ਰੇਆਮ ਤੋਂ ਧੱਕਾ ਕਰਦਾ ਇਹਦਾ ਚੱਲਦਾ ਹੈ ਧੱਕਾ ਬਈ ਤਾਂ ਕਰਦਾ ਉਹ ਸਾਹਮਣੇ ਕਮਾਲ ਕਰ ਦਿੰਦੀ ਹੈ ਬਹਾਦਰ ਜਿਹੜੀ ਹੈ ਰਵੀ ਨੇ ਪਾਨ ਲਾ ਦਿੱਤੀ ਹੈ ਓਹੋ ਵਾਹ ਵਾਹ ਆਦੇ ਸਵਾਲ ਕਰ ਸਰਾ ਉਹਦੇ ਕੱਢੀ ਭਾਈਆਂ ਦੀ ਗਾਲ ਤੇ ਮੈਂ ਸੱਸ ਕੋਟਿਆਂ ਥੱਲੇ ਧਰੀ ਹੈ ਆਪੇ ਨਾਲ ਦੀ ਨਾਲ ਹੀ ਭਾਜੀ ਬਰਾਬਰ ਪਾ ਦਿੱਤੀ ਹੈ ਸੱਜਣ ਸ਼ਤੀਰ ਵਾਲੀ ਪਿੰਡ ਹੈ ਤੇ ਮੁੰਡੇ ਦੀ ਕਹਿੰਦੇ ਬਹੁਤ ਭੈੜੀ ਹਿੱਟ ਹੈ ਜਿਹਨੇ ਹੋਰ ਕਮਾਲ ਕਰ ਦਿੱਤੀ ਹੈ ਉਧਰ ਪੰਜਾਬੀਆਂ ਦਾ ਸਰੀਰ ਪੱਟੀ ਵਰਗੇ ਔਰ ਮੁੰਡੇ ਅਗਲੇ ਸਰਵਿਸ ਕਰਨ ਲਈ ਖੇਡ ਦੇ ਮੈਦਾਨ ਚ ਤਿਆਰ ਹੋ ਤਿਆਰ ਨੇ ਇੱਕ ਹੋਰ ਪੁਆਇੰਟ ਦਾ ਵਾਧਾ ਦਿਲਪ੍ਰੀਤ ਕਹਿੰਦੇ ਕਨੇਡਾ ਕਲੱਬ ਬਾਰਿਕ ਦੀ ਟੀਮ ਦੇ ਖਾਤੇ ਵਿੱਚ ਹੋ ਚੁੱਕਿਆ ਹੈ ਜਿਹੜੀ ਟੀਮ ਜਿੱਤ ਗਈ ਹੈ ਮੈਂ ਬੇਨਤੀ ਕਰਾਂਗਾ ਵੀਰੇ ਗਰਾਊਂਡ ਦੇ ਵਿੱਚ ਹੀ ਰਵੇ ਉਹਦਾ ਅੱਗੇ ਮੈਚ ਦਸੌਂਧੀ ਵਾਲੀ ਟੀਮ ਦੇ ਨਾਲ ਸੈਮੀ ਖੇਡਿਆ ਜਾਣਾ ਹੈ ਸੈਮੀ ਖੇਡਣ ਦੇ ਲਈ ਦਸੌਂਧੀ ਵਾਲੇ ਮੁੰਡੇ ਜਿਹੜੇ ਤਿਆਰ ਬਰ ਤਿਆਰ ਰਹਿਣਗੇ ਇਹ ਵੀ 7 ਹੋ ਗਏ ਵੀਰੇ ਮੇਰੇ ਵੀਰੇ ਸਾਈਡਾਂ ਚੇਂਜ ਕੈਮਰੇ ਸਾਹਮਣੇ ਬਾਰੇਗਾ ਦੂਜੀ ਸਾਈਡ ਤੇ ਟੀਮ ਗਿੱਦੜਬਾਹਾ ਬੰਟੀ ਕਲੱਬ ਲਾਵੀ 8 ਤੇ 1 ਅੰਦਰ ਖਿਆਲ ਬਹੁਤ ਟੋਟੀ ਦਾ ਮੁਕਾਬਲਾ ਹਲੇ ਵੀ ਕੁਝ ਨਹੀਂ ਕਿਹਾ ਜਾ ਸਕਦਾ ਕਿਉਂਕਿ ਜਿੰਨਾ ਟਾਈਮ ਸਾਡਾ ਬਹਾਦਰਗੜ ਵਾਲਾ
ਤੇ ਲੋਕਾਂ ਨੂੰ ਕਾਫ ਜ਼ਮੀਨ ਜਿਹੜੀ ਬਣਦੀ ਹੁੰਦੀ ਆ ਮੇਰੇ ਬਹਾਦਰ ਗੜ ਵਾਲਾ ਹਾਲੇ ਬੇਟਾ दो मैच बाकी रहे पैसे तेरे पैर दिया सुनिया वीरा एक दो पॉइंट दी खोर जोड़ रहे हैं कम तेरे तेरे आजूगा बहादुरगढ़ वाले जोर नंबर तेरे तेन मार करके सद्या बल्ले बल्ले करवाई तैयारी है ਬਹਾਦਰਗੜ੍ਹ ਵਾਲੇ ਤੇ ਮਾਂ ਕਰਕੇ ਸੱਦਿਆ ਹੋਇਆ ਵੀ ਮਾਂ ਨਹੀਂ ਕਰੀਦਾ ਕਿਸੇ ਗੱਲ ਦਾ ਭਰਾਵਾ ਲੋਕੀ ਕੱਪਿਆਂ ਤੋਂ ਕੱਪੇ ਪਏ ਪਾਣੀ ਵਗਦੇ ਪਿਛਾਂ ਵੱਲ ਮੋੜ ਦਿੰਦੇ ਆ ਉਹ ਮਿੱਤਰਾਂ ਦੀ ਹਿੰਦ ਵੀ ਲਦੇਣ ਵਰਗੀ ਆ ਤੰਦੇ ਪੱਕੀਆਂ ਗਰਾਲੀਆਂ ਦੇ ਹੋਰ ਦਿੰਦੇ ਆ ਉਧਰਲੇ ਪਾਸੇ ਫੇਂਦਿਆਂ ਫੇਂਦਿਆਂ ਤੋਂ ਬਾਅਦ ਇੱਕ ਸੈਮੀ ਦੇ ਫਾਈਨਲ ਫਾਰਿੰਦਲੇ ਪਾਸੇ ਮੈਨੂੰ ਲੱਗਦਾ ਵੀ 8 ਤੇ 2 ਆ ਫੇਰ ਵੀ 8 ਤੇ 2 ਬਹੁਤ ਸੋਹਣਾ ਮੈਚ ਖੇਡਿਆ ਜਾ ਰਿਹਾ ਹੈ 8 ਤੇ 2 ਗਲਪ੍ਰੀਤ ਗਿੱਲ ਕੈਨੇਡਾ ਕਲੱਬ ਬਾਰੇਕਾਂ ਦੀ ਟੀਮ ਵੀ ਹੈ ਕੋਈ ਮਾੜੀ ਮੋਟੀ ਗੱਲ ਨਹੀਂ ਵੱਡੀਆਂ ਟੀਮਾਂ ਦੇ ਵਿੱਚ ਨਾਮ ਹੁੰਦਾ ਹੈ ਜਿੱਤੋਂ ਟੀਮਾਂ ਦੇ ਵਿੱਚ ਗਿਣਤੀ ਹੁੰਦੀ ਲਓ ਹਾਏ ਦਰਜਾ ਗਲਤੀ ਹੈ ਔਰ ਸਫਲਤਾ ਜਿਹੜੀ ਪਿੰਡ ਦੀ ਟੀਮ ਦੇ ਖਾਤੇ ਵਿੱਚ ਹੈ ਪਿੰਡ ਦੀ ਟੀਮ ਦਾ ਮਾੜਾ ਮੋਟਾ ਹੌਸਲਾ ਜਿਹਾ ਵਾਲਾ ਉਹ ਤਾਲੀ ਜ਼ੋਰਦਾਰ ਮਾਰ ਦੇ ਆ ਪਿੰਡ ਵਾਲੇ ਮੁੰਡਿਆਂ ਦੇ ਲਈ ਹੈ ਕਾਫੀ ਹੁੰਦੇ ਆ ਬਾਕੀ ਤਗੜਾ ਹੋ ਕੇ ਖੇਡਣਾ ਪੈਣਾ ਹੈ ਔਰ ਜ਼ੋਰ ਲਾਉਣਾ ਪਊਗਾ ਸਾਰੇ ਡੱਗਰ ਨੂੰ ਥੋੜੇ ਤੇ ਆਪ ਸਪੀਡ ਜਿਹੜੀ ਵੱਡੀ ਹੈ ਪਿਆਰ ਸਤਿਕਾਰ ਹੈ ਵੀ ਬੰਦੇ ਦਾ ਇੱਕ ਪਿਆਰ ਹੀ ਚੇਤੇ ਰਹਿ ਜਾਂਦਾ ਔਰ ਸਵਾਦ ਵਾਹ ਹੋਇਆ ਦੁਨੀਆਂ ਤੋਂ ਕੋਈ ਲੈ ਜਾਂਦਾ ਤੇ ਬਾਹਰ ਕੱਫਰ ਤੋਂ ਖਾਲੀ ਹੱਥ ਸ਼ਿਕੰਦਰ ਦੇ ਜਾਂ ਸੱਤ ਦਾ ਕੁਝ ਨਾਲ ਤੇ ਸੱਚੀ ਲੈ ਜਾਂਦਾ ਤੇ ਤੁਰਿਆ ਫਿਰਦਾ ਇਹ ਵੀ ਕਿਸੇ ਦੀ ਤਾਕਤ ਹੈ ਤੇਰੇ ਵਿੱਚ ਵੀ ਹੋਵਾਂਗੇ ਐਵੇਂ ਨੀ ਕੋਈ ਕਿਸੇ ਦੇ ਮੂੰਹੋਂ ਲੈ ਜਾਂਦਾ ਪੁੱਤੇ ਦਾ ਇੱਕ ਪਿਆਰ ਹੀ ਚੇਤੇ ਰਹਿ ਜਾਂਦਾ ਅੱਜ ਦੇ ਪਿਆਰ ਦੇ ਸੱਦੇ ਤੇ ਫਰਾਰੀ ਆਏ ਹੈ ਬੰਟੀ ਵਰਗਿਆਂ ਬਣੇ ਪਿਆਰ ਤੇ ਨਿਮਰਤਾ ਸਾਹਿਬ ਟੀਮਾਂ ਨੂੰ ਸੱਦੇ ਲਾਏ ਆ ਔਰ ਟੀਮਾਂ ਸਾਰੀਆਂ ਟੁੱਟੀ ਦੀਆਂ ਬਣ ਕੇ ਆਈਆਂ ਬਾਰੇ ਕਰਵਾ ਵਿਕਾਸ ਅਗਲੀ ਸਰਵਿਸ ਕਰਨ ਲਈ ਤਿਆਰ ਹੋ ਤਿਆਰ ਮਿਹਰਬਾਨੀ ਦੱਸੋਗੇ ਕੌਣ ਨੌ ਦੋ ਨੌ ਤੇ ਦੋ ਪੱਕ ਜਦੋਂ ਪੁੱਛੀ ਕਿੰਨੇ ਪੁਆਇੰਟ ਵੀਰੇ ਦੋ ਤੇ ਵਾਹ ਮੁੰਡਿਓ ਉਧਰ ਦਸ ਤੇ ਇੱਕ ਹੋ ਗਏ ਜੀ ਦਸ ਨੰਬਰ ਹੈ ਹਰ ਰਾਈਟਰ ਦੀ ਟੀਮ ਦੇ ਔਰ ਇੱਕ ਨੰਬਰ ਹੈ ਪੰਜਾਬ ਬੰਟੀ ਦੀ ਟੀਮ ਦੇ ਸੁਧੀਰ ਹੋਣਾ ਦੀ ਟੀਮ ਦੇ ਚੌਣ ਵਾਲੇ ਪ੍ਰਦੀਪ ਦੀ ਟੀਮ ਦੇ ਨੰਬਰ ਜਿਹੜੇ ਇੱਕ ਨੇ ਔਰ ਦੂਜੇ ਪਾਸੇ ਦਸ ਪੁਆਇੰਟ ਹੈ ਇੱਧਰ ਤਿੰਨ ਹੋ ਗਏ ਨੌ ਮਿੰਟ ਪਾਰੇਗਾ ਕੈਮਰੇ ਸਾਹਮਣੇ ਤਿੰਨ ਉਧਰ ਮੇਰੇ ਖਿਆਲ ਚ ਇੱਕ
ਕਿੱਦਾਂ ਪਊਗਾ ਬਾਰੇ ਕਹਿਣਾ ਬਈ ਬਾਰੇ ਕਹਿੰਦੇ ਪੰਜ ਨੌ ਲਾਸਟ ਕੁਆਟਰ ਰਤਨ ਰਾਮ
जित के मुंडे उधरों तीन कुणी वाले हर रायपुर की टीम फाइनल इधर नंबर वाला लीड करता भाई कोई का हैंडीकैप्ड बंदा दिए ना वो टाउन फॉर्मियर देख गया कहता भाई का हैंडीकैप्ड सी बंदा ਬਈ ਦਾ ਮੁੰਡੇ ਦਾ ਅੰਗਰੇਜ਼ ਭਰਾ ਬਣ ਕੇ ਟੇਬਲ ਦਾ ਬਹੁਤ ਟੇਬਲ ਭਰਾ ਦਾ ਲਾਸਟ ਕੁਆਟਰ ਉੱਪਰ ਬਹੁਤ ਬਹੁਤ ਧੰਨਵਾਦ ਮੈਂ ਕਰਦਾ ਸਾਡੇ ਭਰਾਵਾਂ ਸਿਰਾ ਇੰਦਰਜੀਤ ਧਾਲੀਵਾਲ ਜੀ ਕਨੇਡਾ ਬਹੁਤ ਧੰਨਵਾਦ ਸ਼ੁਕਰੀਆ ਸ਼ੁਕਰੀਆ ਜੀ ਰਤਨਰਾਮ ਔਰ ਸਾਡੇ ਕੋਲ ਦਾਬੇ ਤੋਂ ਟੋਆ ਕਰਵਾਇਆ ਔਰ ਅੱਜ ਤੱਕ ਜਿਹੜਾ ਕਿਸੇ ਕੰਮ ਹੀ ਨਹੀਂ ਆਇਆ ਬਾਜੀ ਵਾਹ ਅਗਲਾ ਨੰਬਰ ਜੋੜਨ ਦੇ ਲਈ ਮੁੰਡੇ ਤਿਆਰ ਔਰ ਤਿਆਰ ਨੇ ਬੱਟੀ ਨੇ ਸਰਵਿਸ ਕਰ ਦਿੱਤੀ ਹੈ ਖੇਡ ਦੇ ਮੈਦਾਨ ਦੇ ਵਿੱਚ ਬੱਟੀ ਵੀ ਭਰਾ ਦਾ ਸਾਡੀ ਜ਼ਿੰਦਗੀ ਦਾ ਬੜਾ ਅਜੀਜ਼ ਮਿੱਤਰ ਹੈ ਆਹ ਪੁਆਇੰਟ ਵਾਲਾ ਕੀਮਤੀ ਬਣ ਜਾਣਾ ਹੈ ਲਾਈ ਬਹਾਦਰਗੜ੍ਹ ਵਾਲਿਆ ਜ਼ੋਰ ਤੇ ਲਾਉਣਾ ਪਊਗਾ ਵੀ ਉਹ ਬਾਜਾਂ ਨੇ ਖਹਿਣਾ ਹੁੰਦਾ ਵਿਗੜੇ ਹੋਏ ਸੱਤਾਂ ਦਾ ਤੇ ਮੈਦਾਨ ਵੀ ਜਿੱਤੇ ਜਾਂਦੇ ਆ ਕੋਈ ਟੂਣੇ ਦੇ ਰੱਖਾਂ ਨਾਲ ਮੈਦਾਨ ਵੀ ਜਿੱਤੇ ਜਾਂਦੇ ਟੂਣੇ ਦੇ ਰੱਖਾਂ ਨਾਲ ਬਹਾਦਰਗੜ ਵਾਲਿਆ ਸਿੱਖ ਜ਼ੋਰ ਦੇ ਨਾਲ ਨੰਬਰ ਤੇ ਜੋੜਨੇ ਪੈਣਗੇ ਆਪਣੀ ਟੀਮ ਦੇ ਲਈ ਛੇ ਤੋਂ ਸੱਤਵਾਂ ਕੌਣ ਕਰੂਗਾ ਬਹਾਦਰਗੜੀਆ ਨਦੀ ਜਾਂ ਬਿੱਲੀ ਜਾਂ ਫਿਰ ਨੈੱਟ ਵਾਲਾ ਮੁੰਡਾ ਕੋਈ ਕਰਦਾ ਕਮਾਲ ਇਹਦੇ ਸਮੇਂ ਦੀ ਬਾਤ ਹੋਊਗੀ ਉਹ ਦਬੜੇ ਤਗੜਾ ਅਸੀਂ ਉਹਨਾਂ ਦੀ ਅੱਖ ਦੇ ਦਿੰਦੇ ਹਾਂ ਉਹ ਖੇਡ ਦੇ ਮੈਦਾਨ ਵਿੱਚ ਬੱਲੇ ਬੋਲੇ ਹੋ ਗਈ ਹੈ ਸਾਡੀ ਜ਼ੋਰਦਾਰ ਮਾਰ ਦੋ ਪਾਲਾ ਚੋਟੀ ਦੀਆਂ ਮੋੜੀਆਂ ਦੇ ਮੁੰਡੇ ਆ ਰੇਸ਼ਮ ਤਾਰਾ ਉਹ ਫੇਟਾ ਪੂਰਾ ਉਧਰ ਦੇ ਪਾਸੇ ਕਾਲੇ ਵਰਗੇ ਬੱਲੇ 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 ਉਹ ਬੱਲੇ 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 ਹੋ ਗਈ ਤਾੜੀ ਤੂੜੀ ਮਾਰ ਦੋ ਮੁੰਡਿਆਂ ਵਾਲੀ ਵੀਰੇ ਸਵਾਲ ਉਹ ਸਜਾ ਹੋਇਆ ਪਿਆ ਮੁੰਡਿਓ ਐਂਡ ਹੋਇਆ ਪਿਆ ਐਂਡ ਜਿਹੜੀ ਜ਼ਿੰਦਗੀ ਟੀਮ ਉਹਨੂੰ ਆਏ ਹੋਏ ਰੱਬਾ ਲਾਸਟ ਕੁਆਟਰ ਇਹਨਾਂ ਦੀ ਜਿੱਤ ਤੋਂ ਸੌਂਧ ਦੇ ਨਾਲ ਖੇਡੂ ਸੇਮੀ ਰਿੰਕੂ ਮੱਲੇ ਵਾਲੀ ਦੀ ਟੀਮ ਹਰ ਰਾਏਪੁਰ ਵਾਲੇ ਮੁੰਡੇ ਫਾਈਨਲ ਚ ਵੀ ਅੱਜ ਦੇ ਕੱਲੇ ਕੱਲੇ ਦੇ ਝੱਗੇ ਦਾ ਮੇਟਾ ਲੈ ਕੇ ਛੱਡਾਂਗੇ ਆਪਾਂ ਬਹੁਤ ਵੱਡਾ ਧੰਨਵਾਦ ਲਓ ਸਾਹਮਣੇ ਆ ਪੁਆਇੰਟ ਵਾਲਾ ਕੀਮਤੀ ਬੰਦੇ 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 ਬਹਾਦਰਗੜ੍ਹ ਵਾਲਿਆਂ ਆਹ ਜੋਰ ਹੈ ਨਾ ਬੋਏ ਭੰਗੜੇ ਪੈ ਗਏ ਮੁੰਡਿਓ ਉਧਰ ਹੈ ਨੀ ਵੀਰੇ ਮੈਚ ਕੋਈ ਸੱਤ ਸੈਵਨ ਨਾਈਨ ਸੱਤ ਨੌ ਏਟ ਨਾਈਨ ਅੱਠ ਨੌ ਕਮਾਲ ਕਰੀ ਤੁਰਿਆ ਜਿੰਨੇ ਵੀ ਭਰਾ ਸਾਡੇ ਲਾਈਟ ਨੇ ਚਾਰੇ ਪੇਜਾਂ ਦੇ ਜ਼ਰੀਏ ਉਹਨਾਂ ਸਾਰਿਆਂ ਵੀਰਾਂ ਲਈ ਮੈਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ ਹੈ ਖੇਡ ਦੇ ਮੈਦਾਨ ਤੱਕ ਵੀ ਸਰਵਿਸ ਕਰ ਦਿੱਤੀ ਹੈ ਔਰ ਚੁੱਪਰ ਤਿਆਰ ਤਿਆਰ ਨੇ ਮੈਚ ਬਰਾਬਰੀ ਦੇ ਆ ਛੱਤੀਰ ਵਾਲੀ ਪਿੰਡ ਦਾ ਸੈਂਟਰ ਮੇਰੇ ਮਿੱਤਰੋ ਹੁਣ ਤੇ ਸੋਚਾਂ ਦੇ ਵਿਚਾਰਾਂ ਦੇ ਵਿੱਚ ਆ ਵੀ ਚੰਗੀਆਂ ਸੋਚ ਵਿਚਾਰਾਂ ਨਾ ਮਿਲਦੀਆਂ ਵਿੱਚ ਵਜਾਰਾਂ ਤੇ ਤਿੱਲੇ ਦੀ ਛੁੱਟੀ ਵਿੱਚ ਤਾਰਾਂ ਪਰ ਮੋਟੀ ਹੈ ਫਿਰ ਵੀ ਦੇਖਾਂ ਆਹੀ ਜਾਂਦੇ ਨੇ ਚੰਗੇ ਕੋਟ ਸਿਆਣੇ ਮਾਪੇ ਜਿਉਂ ਦਾ ਢੰਗ ਸਿਖਾਹੀ ਜਾਂਦੇ ਨੇ ਚੰਗੇ ਕੋਟ ਸਿਆਣੇ ਮਾਪੇ ਬਈ ਜਿਉਂ ਦਾ ਢੰਗ ਸਿਖਾਹੀ ਜਾਂਦੇ ਨੇ ਮੈਂ ਤੇ ਬਰਾਬਰੀ ਦੇ ਆ ਅੱਠ ਤੋਂ ਬਾਅਦ ਹੋ ਗਏ ਨੌ ਹੋ ਗਏ ਤੇ ਰੌਣਾ ਤਾਂ ਪਊਗਾ ਜ਼ਰੂਰ ਬੰਟੀ ਵਾਲੀ ਸਰਵਿਸ ਕਰਨ ਲਈ ਤਿਆਰ ਬਹੁਤ ਤਿਆਰ ਹੈ ਉਧਰ ਉਹਨਾਂ ਨੇ ਅੰਕਲ ਪੌੜੀ ਨੂੰ ਸੈਂਟਰ ਦੇ ਵਿੱਚ ਕਰ ਲਿਆ ਵੀ ਪੁਰਾਣਾ ਖਿਡਾਰੀ ਆ ਤਜਰਬੇ ਤੋਂ ਕੰਮ ਲੈਣਾ ਪਊਗਾ ਆਪਾਂ ਉਧਰ ਕਾਲੇ ਵਰਗੇ ਬਾਲਾਂ ਭਰ ਭਰ ਕੇ ਲਾਈ ਤੁਰੇ ਉਹਦੇ ਬੱਲੇ 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 ਹਾਏ ਹੁੰਦੇ ਰਿਹਾ ਰੱਬਾ ਆਪਣੇ ਸਵਾਲ ਕਹਿੰਦੇ ਦੂਣਾ ਹੋ ਜਾਂਦਾ ਜਦੋਂ ਬਾਹਰ ਕੋਈ ਤਾਂ ਹੱਥ ਅਗੜੀ ਇੱਥੇ ਬਣਦੀ ਹੈ ਸੱਜਣ ਉਹ ਤਗੜਾ ਹੋ ਜਾ ਪਹਿਲਾਂ ਵਾਲਾ ਜੋਰ ਵੱਜਿਆ ਕਿਤੇ ਐਵੇਂ ਨਾ ਜਾਵੇ ਬਹਾਦਰਗੜ੍ਹ ਵਾਲਾ ਫੇਟਾ ਪੂਰਾ ਇਹ ਮੁੰਡੇ ਦੀ ਅੱਖ ਅੱਜ ਮੈਨੂੰ ਫਾਈਨਲ ਤੇ ਲੱਗਦੀ ਹੈ ਜਿੱਧਰ ਵਸਿਆ ਵੇ ਬੱਟੀ ਨੇ ਪਾਰ ਕਰਕੇ ਸੱਦਿਆ ਉਹ ਮੁੰਡਾ ਕਦੇ ਜੋਰ ਬਣਾ ਲਾਈ
ਬਾਈ ਆਉਂਦਾ ਹੱਥ ਤੇ ਡੌੜੀ ਟੱਕਣਾ ਡੌ ਹੋ ਗਏ ਨਾ ਨਾ बराबरी हो गई है हम भाई जित हार चलो एक टीम ने जितना एक ने सीखना है जो मैच बढ़िया लग रहा है बेशक अपने पिंड की टीम खेल रही है तो दो टीम भी ताली जोरदार
लवी नौ ते ग्यारह नौ ते ग्यारह ने लवी बारिश का बारा नौ से जी कदी खड़ी चक्के जाम कर दते मुंडिया ने हम जो मैच जितना से थोड़ा और तगड़े होके खेलना पड़ेगा नौ तो दस कर दे रही है थोड़ी तब्दीली जी मुंडिया ने की है लाला जी थोड़ो तगड़े होके खेलना पैना है लाला जी भी चोरे को भी जानती तू टाले को भी जानती है तो बड़ी पंजाज ने तू लाले को नहीं जानती कि लाला तो जब जरा पंज नंबर की जर्सी की गलती कर गया और जो सर्वसंत भी मुंडा प्यार और प्यार है प्यार तो भी बारह हो गए फिर सवाल होर बन जाएगा गिंदर बहे वाले मुंडे ट्राई से जेडे कर रहे हैं खेड के मैदान के केड़ा जोड़ूगा नंबर भी दिला खेड इश्क की बाजी कभी हार के बह गई ना खिलाड़ी जित भी जाते हैं खिलाड़ी हर भी जाते हैं दिला खेड इश्क की बाजी है कभी हार के बह गई ना खिलाड़ी जित भी जाते हैं खिलाड़ी हर भी जाते हैं जित हार बनी आई है पर मैच मेरे मित्रों और बड़ा रोमांचक बनया पाया लाभी बारह सौ के पॉइंट बारह से नौ जितूगा कौन और कहीं टीम मेरे मित्र उतों घर वापसी करेगी है चाहते है सारी जी मेहनत से आगे मुकती है जिन्होंने वह मेहनत की जित जाएंगे दूजे सिख जाएंगे आप मुंडे को दुनिया माही कहती है जगे ने नंबर जोड़ दिता है भी जगे जट के कबूतर टीम ने नदियों पार चुक दिता ने रब दिया लिखिया और जगया रब ही जाने जगे ने कमाल कर दी है नौ दे बारह की टक्कर है सचिन फिर सेंटर के बच्चा मेरे मित्रों सर्विस कर दी है नौ बारे का प्यार है बारह चंकी हसली से खेल रही है चंदना बुढ़ापा जो सियानी गल करेगा इज्जत कुमारी जमी डर रखे मापिया का और सूरमे की सोधा जिस पटा ने जंग लड़ेगा उधर भड़ा वाला भुंदर की सारा यार आई पे आ गया कनेडा वाला वो वीर का भी मैं दिलों धन्यवाद करता है उधर भुंदर भी सारा कनेडा वाला वो भी जुड़िया हुआ लाइव और बच के नहीं लड़े और सुने भी ना हम सारी गलबात जी तेरे पे है नौ ते बारह मुकाबला दसवां कौन जोड़ूगा शतीर वाली पिंड का सज्जन अज मुंडिया ने उहारा मंगया होया इधर बहादुरगढ़ वाला मुंडा कहते मुड़ को मुड़ की होया फिरदा भी मुड़ को मुड़ की होया लग्या चोर चो बराबा कंडा भी चुभना जिसम कठोर चो बराबा ते चढ़ी जवानी है गर्म खून नकारे तावा जड़े राजे खेले मत मुड़ा तो और करके नहीं पाए पॉइंट बारे कहते खेल लग गया नंबर दसवां जुड़ गया ते सारे गाने चुप चाप के होके रह गए पिंड वाले हो गए कि आते हो भी भाड़ा वापर गया दसते बारह की टक्कर है दसते बारह दो पिंड का फर्क है भी एक दिन एक दो होंगे ने एक तो एक ग्यारह की महफल माड़ी है मित्रों बिगड़े हुए ग्यारह की है तो खाकी भी चंगा लगता पेवा जो धियां का बहुता चिर ढिड भी पालना धियां का चंगा हो चक ने जे बंदे तो पासा ही किया चंगा हो बारह से दस भी टकरा और नंबर तेरह जोड़न रही है हम तो बाबे तरह तरह के नाम फिर मेरा वीर है हम तो ऐ सोचना भी कोई रह ना जाए बारह तो तेरह और सामने फिर अगली सब जी कर दी है चोर से सारा लग गया पा हजार पासे तेरे ते भी हाथ रखना प्यार तेन कई दिन पता लगू बंटी है हाथ रखा
ਆਇਆ ਸੀ ਸਾਡੇ ਪਿੰਡ ਦੇ ਮਿੱਤਰਾਂ ਥੋੜਾ ਪਾਸੇ ਫੜ ਕੇ ਖੜ ਗਿਆ ਉਹ ਬੱਲੇ 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 ਬਹੁਤ ਤਕਰੀਬਾਂ ਲਾਈਏ ਸੱਜਣ ਨੇ ਇੱਕ ਤਾਲੀ ਸੱਜਣ ਲਈ ਭਾਰ ਦੇ ਬੋਲਦਾ ਮੇਰੇ ਵੀਰ ਬੜਾ ਤਕੜਾ ਪੁਆਇੰਟ ਮੁੰਡੇ ਨੇ ਜੋੜ ਦਿੱਤਾ ਦਸ ਦੇ ਬਾਅਦ ਦੀ ਟੱਕਰ ਹੈ देख ही लगा ग्राउंड की चल करके जी बोल बहुत वाइया मैच है जी सोना मैच खेलता जा रहा है जित हार चलो गाणी आई है पर दोनों टीमों के खिलाड़ी मेहनत बड़ी कर रहे हैं जोर बड़ा ला रहे हैं पता लग रहा है बाकी दोनों टीमों के खिलाड़ियों का जरा जोर प्रॉपर लग रहा है भी जोर दे जवानी होंगी उम्र का खेल रही है इन्हें बिच होंगे यारो साना वाला भेड़ रही है साना दिया टक्कर ने हजार पासे बोले 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 तरसीम प्रधान से फिर के जनता की सेवा कर रहा बहुत बहुत धन्यवाद वीरदार वाहू प्रधान पानी लिया नहीं तरसान नहीं बनता तेन मुन्ना चेते करता पानी प्यार लाई से बैठे से जोर लगता मुझे ग्यारह बारह गलबात जी लगू टिकाने गलबात टिकाने लाइन ही लगनी है
बड़ा चोटी का मुकाबला और खेल के मैदान से खेला जा रहा है। आप पॉइंट बड़ा चोटी का किड़ा खिलाड़ी जोड़ता अपनी टीम के लिए एक बड़ा एडवांटेज बन जाएगा। जी मर्जी टीम के खाते का पॉइंट जोड़ता है 12-13 जी टीम से पहला हो गई तो हौसला एक जी वी चीज होंगी है। हौसले न जीतीए मैदान सोनिया आखे बोनिया ने आला मान सोनिया और लखा के करोड़ों खड़ा दिसदा वक्री पछाण जंगलों के पैदे कानून सीखने बी टप्पी नहीं भंगड़े पवाई आन निकल गई अग अज चक्या चो किचड़ वाहे और दिल्ली जरूर बनी पई है हाले पे गण वाला अगली सर्विस करने लिए त्यार का त्यार है। रवि ने ना तो दुनिया थर थर कंबदी है बड़ा कहते तगड़ा खिलाड़ी है और जिथे खिलाड़ी तगड़ा है इंसान उसको भी कितने ज्यादा वधिया है। उधरले पासे काले काले मुंडे भी तगड़ा प्रदर्शन कर रहे हैं 12-13 लवी दिल्ली हूं साथ देना पैना कहते नाल के मुंडिया को बंटी तगड़ा रही है। पाला तोड़िया भी पैन गई पाला लाउनिया भी पैन गई पाला और लाउनिया भी पैनिया पाला मोड़निया भी पैनिया ने बल्ले बल्ले से करवाई पाऊगी मोदी और अंकल बन के खेल के मैदान में जोर से ला रहे हैं। 12 पॉइंट बड़ा कीमती हो गया दोनों टीमों के लिए और खेल के मैदान के टीमों का कहते पूरा फुल जोर लग्या होया है। किंदर बहे की धरती है किंदर बहे नगर के मुंडे देख लो मुंडे शाम पकाते हैं दसा महान की किरत कमाई है खेडा उत्ते लाते हैं खड़े खोटे की ज्योति बोलता ज्योति शिंदिया कनेडा का वो भी साडा वीर लाइव ते आ गया वो वीर का भी मैं तह वालों धन्यवाद करना है। साडा वीर दसौंधी वाले मुंडे की कृपा करके तैयार रहेंगे जी चलो कोई गल नहीं नवी 13-12 बहुत वधिया मैच है दो पॉइंटा की खेड इधरले पास बाकी अपना हाले भी कुछ नहीं क्या जा सकता भी हाले के लीर कमान के बेचा कुछ भी हो सकता है हाले के दो जवान के बेचा कुछ भी हो सकता है हाले के यार मैदान के बेचा कुछ भी हो सकता है। लास्ट पॉइंट आ गया मेरे ख्याल लास्ट आ गया उसे लास्ट पॉइंट लास्ट नंबर आ गया एक पॉइंट की खेड जी बाकी रह गई है लास्ट पॉइंट का सामने सज्जन शतीर वाली पिंड तो अगली सर्विस करने लिए मुंडा तैयार का तैयार है। इतों जो एक बार देर करो तो बहादुरगढ़ वाले फिर सुधार वाली गल है लोगों की आस उम्मीद है और लोग बैठे पता भार हुए हैं भी इतों भी मैच देखो और जोड़ी जान पै सकती वाह भाई वाह वाह मुंडिया एक तेरा लख वर्गा बाकी मोड़ के जेल च पाला बाकी मोड़ योगेश चंदू और सामने 12-14
ਨਾਂ ਦੀ ਅਰਸ਼ ਉੱਪਰ ਕਨੇਡਾ ਝਨੇਰਾ ਭਰਾ ਆਪਣਾ ਉਹ ਵੀ ਲਾਈਵ ਤੇ ਆ ਬਹੁਤ ਬਹੁਤ ਧੰਨਵਾਦ ਹੈ ਬਾਰਾਂ ਦੇ ਚੌਵਾਂ ਸਾਰੇ ਜਾਣੇ ਕੋਈ ਨਾ ਕੋਈ ਵਿਅਕਤਾ ਇੱਕ ਦੂਜੇ ਨੂੰ ਦੱਸਦੇ ਪਏ ਨੇ ਬਾਰਾਂ ਚੌਦਾਂ ਲਓ ਸਰਬੋ ਜਿਹੜੀ ਫੇਰ ਕਰ ਦਿੱਤੀ ਆ ਤਾੜੀ ਮਾਰ ਦੋ ਜ਼ੋਰਦਾਰ ਮੁੰਡਿਆਂ ਦੇ ਲਈ ਯਾਰ ਬਾਰਾਂ ਤੇ ਚੌਦਾਂ ਦੀ ਟੱਕਰਾ ਖੇਡਦੇ ਦੋ ਮੈਚ ਪਿਆ ਬਈ ਅਜੇ ਇੱਕ ਸੈਮੀ ਤੇ ਇੱਕ ਫਾਈਨਲ ਇਸ ਤੋਂ ਬਾਅਦ ਇੱਕ ਪੰਜਾ ਜਨ ਰੱਖਦੀ ਆ ਹੱਥ ਤੇਰੇ ਮੋਢੇ ਤੇ ਹੈ ਤੇ ਸੱਜਾ ਗੋਡਾ ਰੱਖ ਪੈਂਦੀ ਆ ਖੱਬੇ ਗੋਡੇ ਤੇ ਜੇ ਤੈਨੂੰ ਰਾਹ ਆਉਂਦੇ ਨੂੰ ਨਾ ਸਾ ਲਿਆ ਤੇ ਟੋਕੀ ਜਾਣੇਗਾ ਆਹ ਤੇਰੀ ਹਿੱਕ ਤੇ 13 14 ਰਣੀਨ ਗੋਡੀਨ ਤੇ ਟੋਕੀ ਜਾਣੇਗਾ 13 14 ਹਿੱਕ ਤੇ ਦੀਵਾ ਨਾ ਬਾਲਿਆ ਤੇ ਟੋਕੀ ਜਾਣੇਗਾ ਲਓ ਸਾਹਮਣੇ 13 ਤੇ 14 ਹੋ ਗਿਆ ਅਗਲੀ ਸਰਵਿਸ ਕਰਨ ਦੇ ਲਈ ਮੁੰਡਾ ਫੇਰ ਤਿਆਰ ਪਰ ਤਿਆਰ ਹੈ ਆਡੀ ਬੋਲੀ ਮੈਦਾਨ ਦੇ ਵਿੱਚ ਆ ਪੁਆਇੰਟ ਜੇ ਹੋ ਗਿਆ ਤੇ ਸਮਾਨ ਵੱਖਰਾ ਹੋ ਜਾਊਗਾ ਬਹਾਦਰ ਗੱਲ ਵਾਲਿਆ ਜੋੜ ਦੇ ਨੰਬਰ ਵੀ ਦੁਸ਼ਮਣ ਦਾ ਪੱਗਾ ਲਈਏ ਤੇ ਮੁੜ ਕੇ ਨਾ ਢਿੱਲੇ ਪਈਏ ਨੱਕ ਵਿੱਚ ਦਮ ਕਰਕੇ ਰਹੀਏ ਐਵੇਂ ਕੋਈ ਦਿਆਉਂਦਾ ਨਹੀਂ ਇੱਕ ਵਾਰੀ ਲੱਗਿਆ ਬੇੜਾ ਮੁੜ ਕੇ ਹੱਥ ਆਉਂਦਾ ਨਹੀਂ ਇੱਕ ਵਾਰੀ ਲੱਗਿਆ ਬੇੜਾ ਮੁੜ ਕੇ ਹੱਥ ਆਉਂਦਾ ਨਹੀਂ ਸਿਆਣਿਆਂ ਨੇ ਤੱਤ ਕੱਢਿਆ ਆਹ ਪੁਆਇੰਟ ਜੇ ਹੋ ਗਿਆ ਤੇ ਗੱਲ ਜਿਹੜੀ ਟਿਕਾਣੇ ਲੱਗ ਜਾਣੀ ਆ ਸੈਂਟਰ ਦੇ ਵਿੱਚ ਸੱਜਣ ਉਧਰਲੇ ਪਾਸੇ ਸੱਜਣ ਦਾ ਪੇਚਾ ਰਵੀ ਦੇ ਨਾਲ ਪਿਆ ਹੋਇਆ ਆਓ ਸਾਹਮਣੇ ਤੇਰੇ ਰਿਓ ਤੇਰੇ ਤਰਖਾਣ ਵਾਲੇ ਪਿੰਡ ਦਾ ਮੁੰਡਾ ਆਹਦੇ ਗਲਤੀ ਬਹੁਤ ਵੱਡੀ ਕਰ ਗਿਆ 14 ਤੇ 13 ਗੇਮ ਪੁਆਇੰਟ ਆ ਬਾਈ ਬਾਰੇ ਕਹਿੰਦਾ ਗੇਮ ਪੁਆਇੰਟ ਹੈ ਲੈਣਗੇ ਰਿਸ਼ਤਾ ਵਧੀਆ ਮੁਕਾਬਲਾ ਖੇਡਿਆ ਜਾ ਰਿਹਾ ਸੱਤਾਂ ਮਹਾਂਪੁਰਸ਼ਾਂ ਦੀ ਬੜੀ ਵੱਡੀ ਕਿਰਪਾ ਹੈ ਸੁਨਗਰ ਦੇ ਹੈ ਬਾਬਾ ਰਿੰਕੂ ਮੱਲੇ ਵਾਲੀ ਦੀ ਟੀਮ ਹਰ ਰਾਏਪੁਰ ਫਾਈਨਲ ਚ ਬਾਰੇਗਾ ਤੇ ਸਮਝੀ ਦਾ ਸੈਮੀ ਲੱਗਣਾ ਸੈਕੰਡ ਗੁਰਦੇਵ।